ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਗੁਰਜਤਿੰਦਰ ਸਿੰਘ ਰੰਧਾਵਾ। ਸਾਡੇ ਸਟੂਡੀਓ ਵਿੱਚ ਅੱਜ ਇੱਕ ਮੁਲਾਕਾਤ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਵਿਸ਼ੇਸ਼ ਤੌਰ 'ਤੇ ਅਸੀਂ ਸੱਦਾ ਪੱਤਰ ਦਿੱਤਾ ਕਿੰਨੀ ਚਿਤਕਾਰਾ ਜੀ ਨੂੰ। ਕਿੰਨੀ ਚਿਤਕਾਰਾ ਜੀ ਅਮੈਰੀਕਨ ਪੈਟਰੋਲੀਅਮ ਕਨਵੀਨੀਅੰਸ ਐਸੋਸੀਏਸ਼ਨ ਦੇ ਇੱਕ ਅਹੁਦੇਦਾਰ ਆ, ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਆਉਣ ਵਾਲੇ ਵਰਚੁਅਲ ਟ੍ਰੇਡ ਸ਼ੋਅ ਬਾਰੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਹਿਬ ਜੀ, ਥੈਂਕ ਯੂ ਜੀ। ਤੁਹਾਡਾ ਅਤੇ ਤੁਹਾਡੇ ਸਟਾਫ ਪੰਜਾਬ ਮੇਲ USA TV ਵਾਲਿਆਂ ਦਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਕਿੰਨੀ ਵਾਰੀ ਸਾਡੇ ਬਿਜ਼ਨਸ ਅਤੇ ਸਾਡੀ ਐਸੋਸੀਏਸ਼ਨ ਦੇ ਕਵਰੇਜ ਕਰਦੇ ਰਹਿੰਦੇ ਹੋ, ਤੁਹਾਡਾ ਲੱਖ ਲੱਖ ਸ਼ੁਕਰ ਹੈ। ਕਿੰਨੀ ਜੀ, ਤੁਸੀਂ ਬੜੀ ਦੇਰ ਤੋਂ ਇੱਕ ਐਸੋਸੀਏਸ਼ਨ ਹੈ, ਖਾਸ ਕਰਕੇ ਇਹ ਐਸੋਸੀਏਸ਼ਨ ਉਹ ਆ ਜਿਹਦੇ ਵਿੱਚ ਸਾਡਾ ਪੰਜਾਬੀਆਂ ਦਾ ਬੜਾ ਵੱਡਾ ਯੋਗਦਾਨ ਹੈ। ਬਿਲਕੁਲ, ਕਿਉਂਕਿ ਜਦੋਂ ਅਮੈਰੀਕਾ 'ਚ ਸਾਡੇ ਲੋਕ ਆਏ ਆ, ਬਹੁਤੇ ਸਟੋਰਾਂ 'ਚ ਜ਼ਿਆਦਾ ਉਹ ਹੋਏ ਆ, ਹਾਂਜੀ, ਸਟੋਰ ਦੇ ਮਾਲਕ ਹੋ ਗਏ। ਹਾਂਜੀ, ਉਹਦੀ ਤੁਸੀਂ ਇੱਕ ਐਸੋਸੀਏਸ਼ਨ ਬਣਾਈ, ਹਾਂਜੀ, ਕਾਫੀ ਦੇਰ ਪਹਿਲਾਂ। ਕਦੋਂ ਦੀ ਇਹ ਐਸੋਸੀਏਸ਼ਨ? ਐਸੋਸੀਏਸ਼ਨ ਨੂੰ ਕੋਈ ਅਮੈਰੀਕਨ ਪੈਟਰੋਲੀਅਮ ਕਨਵੀਨੀਅੰਸ ਐਸੋਸੀਏਸ਼ਨ ਨੂੰ ਕੋਈ 5 ਸਾਲ ਹੋ ਗਏ ਨੇ। ਸਾਡੇ 6 ਚੈਪਟਰ ਹੈਗੇ ਨੇ ਕੈਲੀਫੋਰਨੀਆ ਦੇ ਵਿੱਚ, ਤੇ ਮੈਂ ਸੈਕਰਾਮੈਂਟੋ ਚੈਪਟਰ ਦਾ ਪ੍ਰੈਜ਼ੀਡੈਂਟ ਹੈਗਾ। ਮੈਂ ਤੇ ਮੇਰਾ ਸਟਾਫ ਜੋ ਬੋਰਡ ਮੈਂਬਰ ਤੇ ਸਾਰੇ ਮੈਂਬਰ ਨੇ, ਅਸੀਂ ਮਿਲ ਕੇ ਬੇਸਿਕਲੀ ਆਪਣੇ ਜਿਹੜੇ ਪੰਜਾਬੀ ਲੋਕ ਹੈਗੇ ਨੇ, 90% ਜਿਹੜੇ ਸਟੋਰ ਓਨਰਸ ਇਸ ਕੈਲੀਫੋਰਨੀਆ 'ਚ ਹੈਗੇ ਨੇ ਸਾਡੇ ਪੰਜਾਬੀ ਨੇ, ਤਾਂ ਉਹਨਾਂ ਵਾਸਤੇ ਅਸੀਂ ਟ੍ਰੇਡ ਐਸੋਸੀਏਸ਼ਨ ਆ, ਜੋ ਸਾਡਾ ਕੰਮ ਹੈ ਕਿ ਲੋਕਾਂ ਵਾਸਤੇ ਫਾਈਟ ਕਰਨਾ, ਉਹਨਾਂ ਦੀ ਮਦਦ ਕਰਨਾ, ਆਪਣਾ ਬਿਜ਼ਨਸ ਚਲਾਉਣ ਵਾਸਤੇ, ਤਾਂ ਕੋਈ ਵੀ ਲਾਇਸੈਂਸ ਦੀ ਜਾਂ ਕੋਈ ਇਸ਼ੂ ਆਉਂਦੀ ਹੈ ਉਹਦੀ ਅਸੀਂ ਮਦਦ ਕਰਦੇ ਹਾਂ ਜੀ। ਇਹ ਜਿਹੜੀ ਤੁਸੀਂ ਦੱਸਿਆ ਕਿ ਤੁਸੀਂ ਪ੍ਰੈਜ਼ੀਡੈਂਟ ਹੋ ਸੈਕਰਾਮੈਂਟੋ ਚੈਪਟਰ ਦੇ, ਕਿੱਡਾ ਕੁ ਏਰੀਆ ਹੈਗਾ ਸੈਕਰਾਮੈਂਟੋ ਚੈਪਟਰ? ਤੁਸੀਂ ਸਮਝ ਲਓ ਇੱਥੋਂ ਸਟਾਕਟਨ ਤੋਂ ਲੈ ਕੇ ਅਤੇ ਓਰਗਨ ਬੋਰਡਰ ਤੱਕ ਹੈ, ਹਾਂ ਓਰਗਨ ਬੋਰਡਰ ਤੱਕ ਹੈ ਜੀ, ਅਤੇ ਰੈਡਿੰਗ ਯੂਬਾ ਸਿਟੀ ਆਪਣੇ ਚੀਕੋ ਏਰੀਆ ਕਵਰ ਕਰਦਾ ਹੈ, ਤੇ ਨਾਲ ਸਾਡੇ ਕੋਲ ਕੋਈ 300 ਪਲੱਸ ਬਿਜ਼ਨਸ ਮੈਂਬਰਸ ਹੈਗੇ ਨੇ ਸਾਡੇ ਇਸ ਚੈਪਟਰ ਵਿੱਚ। ਇਹ ਇਸ ਚੈਪਟਰ 300 ਹੈਗੇ ਆ, ਤੇ ਓਵਰਆਲ ਕਿੰਨੇ ਕੁ ਮੈਂਬਰ? ਸਾਡੇ ਓਵਰਆਲ 1500 ਤੋਂ ਜ਼ਿਆਦਾ ਮੈਂਬਰਸ ਹੈਗੇ ਨੇ ਸਾਰੇ ਚੈਪਟਰਾਂ ਵਿੱਚ, ਕੈਲੀਫੋਰਨੀਆ ਵਿੱਚ 1500 ਸਟੋਰ ਓਨਰਸ। ਹਾਂਜੀ, ਸਟੋਰ ਓਨਰ। ਕਈ ਵਾਰੀ ਇਸ ਤਰ੍ਹਾਂ ਹੁੰਦਾ ਇੱਕ ਇੱਕ ਸਟੋਰ ਓਨਰਸ ਕੋਲ ਅੱਗੇ ਵੀ ਕਿੰਨੇ ਕਿੰਨੇ ਸਟੋਰ ਹੁੰਦੇ? ਬਿਲਕੁਲ, ਮਤਲਬ ਕਾਫੀ ਸਟੋਰ ਜਿਹੜੇ ਆ ਤੁਸੀਂ ਐਸੋਸੀਏਸ਼ਨ ਨਾਲ ਜੋੜੇ ਆ। ਹਾਂਜੀ, ਚਤਕਾਰਾ ਜੀ, ਤੁਸੀਂ ਬੜੀ ਦੇਰ ਤੋਂ ਇਸ ਐਸੋਸੀਏਸ਼ਨ ਨਾਲ ਜੁੜੇ ਹੋ, ਮੇਰੇ ਖਿਆਲ ਫਾਊਂਡਰ ਮੈਂਬਰ ਆ, ਜੋ ਵਨ ਆਫ ਦਾ ਫਾਊਂਡਰ ਮੈਂਬਰ ਹੋ, ਕੀ ਰੀਜ਼ਨ ਸੀ ਇਹ ਐਸੋਸੀਏਸ਼ਨ ਬਣਾਉਣ ਦਾ? ਵੈਲ, ਫਾਊਂਡਿੰਗ ਮੈਂਬਰ ਸਾਡੇ ਜਿਹੜੇ 13 ਮੈਂਬਰ ਸੀਗੇ, ਉਹਨਾਂ ਨੇ ਸਾਰੇ ਮਿਲ ਕੇ ਦੇਖਿਆ ਕਿ ਸਾਡੇ ਜਿਹੜੇ ਆਪਣੇ ਬਿਜ਼ਨਸ ਵਾਲਿਆਂ ਨੂੰ ਬੜੀ ਮੁਸ਼ਕਲ ਹੋ ਰਹੀ ਹੈ ਕੋਈ ਲਾਇਸੈਂਸ ਲੈਣ ਦੀ ਜਾਂ ਗੈਸ ਸਟੇਸ਼ਨ ਦੇ ਪਰਮਿਟ ਵਗੈਰਾ ਕਰਨ ਵਾਸਤੇ। ਸੋ ਸਾਡੇ ਬੜੇ ਜਿਹੜੇ ਬਿਜ਼ਨਸ ਹੈਗੇ ਨੇ, ਗੌਰੀ ਜੀ ਸਾਗਰ ਹੈਗੇ ਨੇ, JP ਸੈਠੀ ਜੀ ਹੈਗੇ ਨੇ, ਜਿਤੇਸ਼ ਗਿੱਲ ਜੀ ਹੈਗੇ ਨੇ, ਇਹ ਸਾਡੇ ਫਾਊਂਡਿੰਗ ਮੈਂਬਰ, ਕੇਵਲ ਜੀ ਸਾਡੇ ਡਾਇਰੈਕਟਰ, ਐਗਜ਼ੈਕਟਿਵ ਡਾਇਰੈਕਟਰ ਹੈਗੇ ਨੇ। ਤੋ ਜੋ ਸਾਡਿਆਂ ਨੂੰ ਕੀ ਸੀਗੀ, ਆਪਣੇ ਬੰਦਿਆਂ ਨੂੰ ਬੜੀ ਮੁਸ਼ਕਿਲ ਹੁੰਦੀ ਸੀਗੀ, ਤੇ ਉਹਦੀ ਇੱਕ ਦੂਜੇ ਨੂੰ ਹੈਲਪ ਕਰਨ ਵਾਸਤੇ ਐਸੋਸੀਏਸ਼ਨ ਸ਼ੁਰੂ ਕੀਤੀ ਗਈ ਸੀ। ਮੈਨੂੰ ਕੋਈ 4.5 ਸਾਲ ਹੋ ਗਏ ਨੇ ਜੁਆਇਨ ਕੀਤੇ ਹੋਏ, ਔਰ ਮੈਨੂੰ ਕਹਿੰਦੇ ਨੇ ਇੱਕ ਆਨਰ ਮਿਲੀ ਹੈ ਕਿਉਂਕਿ ਮੈਨੂੰ 35 ਸਾਲ ਹੋ ਗਏ ਬਿਜ਼ਨਸ ਕੰਮ ਕਰਦੇ ਹੋਏ, ਪਰ ਮੈਨੂੰ ਬੜਾ ਕਿੰਨੀਆਂ ਮੁਸ਼ਕਲਾਂ ਆਉਂਦੀਆਂ ਸੀਗੀਆਂ, ਪਰ ਹੁਣ ਇਹ ਆਪਕਾ ਦੇ ਹੋਣ ਦੇ ਕਾਰਨ ਸਾਰਿਆਂ ਨੂੰ ਥੋੜ੍ਹਾ ਬਹੁਤ ਸੁੱਖ ਹੋ ਜਾਂਦਾ ਹੈ। ਤੇ ਅਗਰ ਅਸੀਂ ਲਾਇਸੈਂਸ ਲੈਣਾ ਹੋਵੇ ਜਾਂ ਕੋਈ ਲੀਸ ਦੀ ਇਸ਼ੂਜ਼ ਹੋਵੇ ਜਾਂ ਕੋਈ ਹੋਰ ਚੀਜ਼ ਹੋਵੇ, ਅਸੀਂ ਟ੍ਰੇਡ ਐਸੋਸੀਏਸ਼ਨ ਆ, ਜਿਹਨੂੰ ਅਮਰੀਕਾ 'ਚ ਕਹਿੰਦੇ ਨੇ ਗ੍ਰੈਸ ਰੂਟ, ਕਿ ਜਿਹੜੇ ਇੰਡੀਪੈਂਡੈਂਟ ਸਟੋਰ ਵਾਲੇ ਹੈਗੇ ਨੇ, ਜਿਹੜੇ ਫਰੈਂਚਾਈਜ਼ ਵਾਲੇ ਹੈਗੇ ਨੇ, ਤੁਹਾਡੇ AM PM ਹੋ ਜਾਣ, 7-Eleven ਹੋ ਜਾਣ, ਅਸੀਂ ਸਾਰਿਆਂ ਨੂੰ ਮਿਲ ਕੇ ਮਦਦ ਕਰਨੇ ਆ। ਤੁਸੀਂ ਦੱਸਿਆ ਕਿ 35 ਸਾਲ ਹੋ ਗਏ ਤੁਹਾਨੂੰ ਇਸ ਬਿਜ਼ਨਸ 'ਚ ਪਹਿਲਾਂ, ਕਿਉਂਕਿ ਜਦੋਂ ਬੰਦਾ ਆਪ ਬਿਜ਼ਨਸ 'ਚ ਹੁੰਦਾ, ਕੁਦਰਤੀ ਗੱਲ ਆ, ਉਹਨੂੰ ਬਹੁਤ ਸਾਰੀਆਂ ਮੁਸ਼ਕਲਾਂ ਵੀ ਆਉਂਦੀਆਂ। ਬਿਲਕੁਲ, ਅਤੇ ਉਹ ਆਪਣਾ ਜਿਹੜਾ ਉਹ ਐਕਸਪੀਰੀਅੰਸ ਆ ਤੁਹਾਡਾ, ਉਹ ਐਸੋਸੀਏਸ਼ਨ ਨਾਲ ਤੁਸੀਂ ਉਹ ਸ਼ੇਅਰ ਕਰ ਰਹੇ ਹੋ। ਹਾਂਜੀ, ਬਹੁਤ ਵਧੀਆ ਗੱਲ ਆ। ਤੁਸੀਂ ਕਾਫੀ ਦੇਰ ਤੋਂ ਜਿਹੜਾ ਹੈਗਾ ਇਹ ਜਿਹੜੇ APCA APCA ਕਹਿੰਦੇ ਆ ਅਮੈਰੀਕਨ ਪੈਟਰੋਲੀਅਮ ਕਨਵੀਨੀਅੰਸ ਸਟੋਰ ਐਸੋਸੀਏਸ਼ਨ, ਤੇ ਇਹ ਪਹਿਲਾਂ ਆਪਣੇ ਲਾਉਂਦੇ ਰਹੇ ਜੀ ਕਾਫੀ ਟ੍ਰੇਡ ਸ਼ੋ। ਹਾਂਜੀ, ਉਦੋਂ ਹਾਲਾਤ ਇਹੋ ਜਿਹੇ ਨਹੀਂ ਸੀ ਜਿਹੜੇ ਅੱਜ ਆ। ਕਿੰਨੇ ਟ੍ਰੇਡ ਸ਼ੋ ਪਹਿਲਾਂ ਲਾ ਚੁੱਕੇ ਹੋ ਤੁਸੀਂ? ਵੈਲ, ਅਸੀਂ 4 ਟ੍ਰੇਡ ਸ਼ੋ ਕਰ ਚੁੱਕੇ ਹਾਂ, ਇੱਕ ਫਰੈਜ਼ਨੋਸ ਕੀਤਾ ਸੀਗਾ, ਫਿਰ ਆਪਣੇ 3 ਇੱਥੇ ਸੈਕਰਮੈਂਟੋ ਵਿੱਚ ਹੋਏ ਸੀਗੇ, ਐਕਚੁਲੀ 2 ਫਰੈਜ਼ਨੋ ਹੋਏ ਸੀ ਅਤੇ 2 ਸੈਕਰਮੈਂਟੋ ਚੈਪਟਰ 'ਚ ਹੋਏ ਸੀਗੇ, ਅਤੇ ਅਸੀਂ ਹੁਣ ਅਗਲਾ ਸ਼ੋ ਕਰਨਾ ਸੀਗਾ ਜਿਵੇਂ ਅਸੀਂ ਫਿਜ਼ੀਕਲੀ ਕਰਨੇ ਹਾਂ, ਪਰ ਤੁਹਾਨੂੰ ਪਤਾ ਹੁਣ COVID-19 ਨੇ ਸਾਰੇ ਸੰਸਾਰ ਨੂੰ ਥੋੜ੍ਹਾ ਹਿਲਾ ਦਿੱਤਾ। ਬਿਲਕੁਲ, ਅਤੇ ਉਹਦੇ ਕਾਰਨ ਸਾਨੂੰ ਹੁਣ ਕਈ ਚੀਜ਼ਾਂ ਚੇਂਜ ਕਰਨੀਆਂ ਪੈ ਰਹੀਆਂ। ਐਤਕੀ ਜਿਹੜਾ ਮੈਨੂੰ ਪਤਾ ਲੱਗਿਆ ਕਿ ਵਰਚੁਅਲ ਸ਼ੋਅ ਤੁਸੀਂ ਕਰ ਰਹੇ ਹੋ, ਹਾਂਜੀ, ਵਰਚੁਅਲ ਸ਼ੋਅ ਦਾ ਕੀ ਫਾਰਮੈਟ ਹੈਗਾ? ਵਰਚੁਅਲ ਟ੍ਰੇਡ ਸ਼ੋਅ ਇਹ ਵੇ ਕਿ ਜਿਹੜੇ ਸਾਰੇ ਵੈਂਡਰਸ ਹੈਗੇ ਨੇ ਸਾਡੇ ਕੋਲ, 50+ ਵੈਂਡਰਸ ਆ ਰਹੇ ਨੇ, ਅਤੇ ਜਿਨ੍ਹਾਂ ਨੇ ਆਪਣੀ ਸਰਵਿਸਿਜ਼ ਅਤੇ ਆਪਣੇ ਪ੍ਰੋਡਕਟ ਵੇਚਣੇ, ਕਿਸੇ ਨੇ ATM ਮਸ਼ੀਨ ਲੈਣੀ ਹੋਵੇ, ਕਿਸੇ ਨੇ PCS ਜੋ ਹੈਗੀ ਕਿ ਹਾਂ ਵੀ ਤੁਹਾਡਾ ਕ੍ਰੈਡਿਟ ਕਾਰਡ ਪ੍ਰੋਸੈਸਿੰਗ ਸਿਸਟਮ ਹੋ ਗਿਆ, ਜਾਂ ਤੁਹਾਨੂੰ ਸਨੈਕਸ ਚਾਹੀਦੀਆਂ ਜਿਹ 'ਚ ਆਈਟਮਾਂ ਤੁਸੀਂ ਵੇਚਣੇ ਨੇ, ਉਹ ਵੈਂਡਰ ਸਾਡੇ ਨਾਲ ਜੁੜੇ ਹੋਏ ਨੇ, ਅਤੇ ਤੁਸੀਂ ਉਹਨਾਂ ਦੇ ਬੇਸਿਕਲੀ ਆਪਣੇ ਜਿਹੜੇ ਮੈਂਬਰਸ ਹੈਗੇ ਨੇ, ਆਪਕਾ ਦੇ ਮੈਂਬਰਸ ਹੈਗੇ ਨੇ, ਅਤੇ ਜਿਹੜੇ ਹੋਰ ਵੀ ਜੁਆਇਨ ਕਰਨਾ ਚਾਹੁੰਦੇ ਨੇ ਉਹ ਵਰਚੁਅਲੀ ਕਰ ਸਕਦੇ। ਮਤਲਬ ਕਿ ਸਾਡਾ ਸ਼ੋਅ ਜੋ ਹੈ ਉਹ ਸ਼ੁਰੂ ਹੋ ਰਿਹਾ ਹੈ ਨਵੰਬਰ 2 ਤੋਂ ਲੈ ਕੇ ਨਵੰਬਰ 23 ਤੱਕ,
24 ਘੰਟੇ ਤੁਸੀਂ ਲੌਗਇਨ ਕਰ ਸਕਦੇ ਹੋ ਸੱਤੋ ਦਿਨ ਅਤੇ ਇਹ ਪਹਿਲੇ ਹੁੰਦਾ ਸੀ ਕਿ ਟ੍ਰੇਡ ਸ਼ੋਅ ਤੁਸੀਂ ਸਿਰਫ 6-7 ਘੰਟੇ ਵਾਸਤੇ ਜਾ ਕੇ ਆਪਣੇ ਜੋ ਵੀ ਔਡਰ ਕਰਨਾ ਪਰ ਹੁਣ ਵਰਚੁਅਲ ਟ੍ਰੇਡ ਸ਼ੋਅ ਦਾ ਇਹ ਫਾਇਦਾ ਹੋ ਗਿਆ ਕਿ ਤੁਹਾਡੇ ਕੋਲ ਆਲਮੋਸਟ 3 ਹਫ਼ਤੇ ਹੈਗੇ ਨੇ ਅਤੇ 24 ਘੰਟੇ ਤੁਸੀਂ ਆਪਣੇ ਸਟੋਰ ਤੋਂ ਜਾ ਕੇ ਦੇਖ ਲਓ ਕਿਹੜੀ ਇਨਵੈਂਟਰੀ ਦੀ ਲੋੜ ਹੈ ਕਿਹੜੀ ਚੀਜ਼ ਕੰਮ ਹੋ ਰਹੀ ਹੈ ਤੁਸੀਂ ਔਡਰ ਕਰ ਸਕਦੇ ਫਿਰ ਤੁਹਾਨੂੰ ਹੋਰ ਅੱਛੇ ਅੱਛੇ ਡੀਲਾਂ ਵੀ ਦਿੰਦੇ ਨੇ ਕਿਉਂਕਿ ਹੁਣ ਲੋਕ ਨਹੀਂ ਮਿਲ ਸਕਦੇ ਤਾਂ ਉਹਨਾਂ ਨੂੰ ਸਾਰਾ ਕੰਮ ਟ੍ਰੇਡ ਵਰਚੁਅਲੀ ਕਰਨਾ ਪੈਂਦਾ ਕਈ ਲੋਕ ਜ਼ੂਮ 'ਤੇ ਮੀਟਿੰਗਾਂ ਕਰ ਰਹੇ ਨੇ ਕਈ ਹੁਣ ਅਸੀਂ ਇਹ ਜੋ ਵਰਚੁਅਲ ਟ੍ਰੇਡ ਸ਼ੋਅ ਕਰ ਰਹੇ ਹਾਂ ਸੋ ਜੋ ਵੈਂਡਰ ਜਿੱਥੇ ਵੀ ਕੈਲੀਫੋਰਨੀਆ 'ਚ ਹੈਗੇ ਨੇ ਲੌਗਇਨ ਕਰਕੇ ਜੋ ਚੀਜ਼ ਉਹਨਾਂ ਨੂੰ ਲੋੜ ਹੈ ਹੁਣ ਤੁਹਾਨੂੰ ਮਾਰਬਲ ਤਬਾਕੂ ਸਿਗਰਟ ਵਗੈਰਾ ਦੀ ਕੋਈ ਚੀਜ਼ ਲੋੜ ਹੈ ਉਹਨਾਂ ਦੀ ਸਪੈਸ਼ਲ ਚੱਲ ਰਹੀ ਹੈ ਜਾਂ M&M ਕੈਂਡੀ ਬਾਰਸ ਵਾਲੇ ਹੋ ਗਏ ਜਾਂ ਤੁਹਾਡੇ ਚਿਕਨ ਤੁਸੀਂ ਸਪਲਾਈ ਚਾਹੀਦੀ ਹੈ ਅਤੇ ਜਿਹੜੇ ਵੈਂਡਰ ਨੇ ਉਹ ਚਾਹੁੰਦੇ ਨੇ ਤੁਹਾਨੂੰ ਅੱਛੀ ਤੋਂ ਅੱਛੀ ਡੀਲ ਦੇਣ ਕਿਉਂਕਿ ਹੁਣ ਹਾਲੀਡੇ ਸੀਜ਼ਨ ਆ ਰਿਹਾ ਅਤੇ ਹਾਲੀਡੇ ਸੀਜ਼ਨ ਬੈਸਟ ਤੋਂ ਬੈਸਟ ਡੀਲਾਂ ਮਿਲਦੀਆਂ ਨੇ ਸੋ ਜਿਹੜੇ ਸਾਡੇ ਮੈਂਬਰਸ ਹੈਗੇ ਨੇ ਉਹਨਾਂ ਨੂੰ ਬਹੁਤ ਅੱਛਾ ਚਾਂਸ ਮਿਲ ਰਿਹਾ ਕਿ ਅਗਲੇ 3 ਹਫ਼ਤੇ ਵਾਸਤੇ ਉਹ ਕਦੇ ਵੀ ਲੌਗਇਨ ਕਰ ਸਕਦੇ ਨੇ ਆਪਣਾ ਅਕਾਊਂਟ 'ਤੇ ਅਤੇ ਜਦੋਂ ਵੀ ਉਹਨੂੰ ਕੋਈ ਚੀਜ਼ ਦੀ ਲੋੜ ਹੋ ਆਪਣਾ ਔਡਰ ਕਰ ਸਕਦੇ ਨੇ ਜਿਹੜੇ ਸਟੋਰਾਂ ਵਾਲੇ ਹੁੰਦੇ ਆ ਇਹ ਕਿਸ ਤਰੀਕੇ ਨਾਲ ਮੈਂਬਰ ਬਣ ਸਕਦੇ ਆ ਆਪਣੇ ਇੱਕ ਤਾਂ ਤੁਹਾਨੂੰ ਰਿਕੁਆਇਰਮੈਂਟ ਹੈ ਕਿ ਤੁਹਾਡੇ ਕੋਲ ਜਾਂ ਤਾਂ ਕਨਵੀਨੀਅੰਸ ਸਟੋਰ ਲਿਕਰ ਸਟੋਰ ਟਬਾਕੋ ਸਟੋਰ ਜਾਂ ਗੈਸ ਸਟੇਸ਼ਨ ਹੋਣਾ ਚਾਹੀਦਾ ਕਿਉਂਕਿ ਸਾਡੀ ਐਸੋਸੀਏਸ਼ਨ ਉਹਨਾਂ ਵਾਸਤੇ ਹੈਗੀ ਹੈ ਦੂਸਰਾ ਹੈ ਕਿ ਤੁਸੀਂ ਅੱਛੇ ਕਮਿਊਨਿਟੀ ਦੇ ਅੱਛੇ ਮੈਂਬਰਸ ਹੋ ਗਏ ਕਿ ਤੁਸੀਂ ਚੀਜ਼ਾਂ ਪ੍ਰੋਪਰ ਕਰ ਰਹੇ ਹੋ ਫਿਰ ਤੁਸੀਂ ਸਾਡੀ ਮੈਂਬਰਸ਼ਿਪ ਐਪਾਂ ਨੂੰ ਜੁਆਇਨ ਕਰ ਸਕਦੇ ਕਾਲ ਕਰਕੇ ਆਪਣੇ ਐਲਗੋਰਵ ਆਫਿਸ ਵਿੱਚ ਕੇਵਲ ਜੀ ਨੂੰ ਰੀਚ ਆਊਟ ਕਰ ਸਕਦੇ ਹੋ ਜਾਂ APCA.US ਸਾਡੀ ਵੈਬਸਾਈਟ ਹੈ ਉੱਥੇ APCA.US ਹਾਂਜੀ ਤੁਸੀਂ ਉੱਥੇ ਲੌਗਇਨ ਕਰ ਸਕਦੇ ਹੋ ਸਾਰੀ ਇਨਫੋਰਮੇਸ਼ਨ ਤੁਹਾਨੂੰ ਮਿਲ ਜਾਏਗੀ ਅਤੇ ਮੈਂਬਰਸ਼ਿਪ ਬਣਨਾ ਬਹੁਤ ਆਸਾਨ ਹੈ ਪਰ ਇਹਦੇ ਫਾਇਦੇ ਬਹੁਤ ਜ਼ਿਆਦਾ ਹੈਗੇ ਜੀ 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 ਅਤੇ ਇਹਦਾ ਆਫਿਸ ਜਿਹੜਾ ਕੋਈ ਬਣਾਇਆ ਤੁਸੀਂ ਹੈੱਡ ਆਫਿਸ ਹਾਂਜੀ ਸਾਡਾ ਆਫਿਸ ਹੈਗਾ ਅਤੇ ਐਲਗੋਰਵ ਵਿੱਚ ਐਲਗੋਰਵ ਕੈਲੀਫੋਰਨੀਆ 'ਚ ਹਾਂਜੀ ਅਤੇ ਉੱਥੇ ਕੇਵਲ ਜੀ ਅਤੇ ਅਮਰਿਤ ਜੀ ਤੁਹਾਡੀ ਹਰ ਚੀਜ਼ ਦੀ ਮਦਦ ਕਰ ਸਕਦੇ ਹਾਂ ਤੁਹਾਨੂੰ ਕੋਈ ਚੀਜ਼ ਦੀ ਇਨਫੋਰਮੇਸ਼ਨ ਦੀ ਹੋਵੇ ਜਾਂ ਤੁਹਾਨੂੰ ਤੁਹਾਡੇ ਵੈਂਡਰਸ ਕੋਲ ਕੋਈ ਸਪੈਸ਼ਲ ਇਸ਼ੂਜ਼ ਆ ਰਹੀ ਹੈ ਉਹਦੇ ਨਾਲ ਡੀਲ ਕਰਨਾ ਹੋਵੇ ਸਾਡੀਆਂ ਹੋਰ ਇਸ਼ੂਜ਼ ਕਈ ਹੁੰਦੀਆਂ ਨੇ ਕਿ ਹੁਣ ਸਾਡੇ ਲੋਕਲ ਬਿਜ਼ਨਸ ਵਾਲੇ ਨੂੰ ਸਾਡਾ ਕੰਮ ਹੈ ਕਿ ਤੁਹਾਡੀ ਮਦਦ ਕਰਨਾ ਜਿਹੜੇ ਹੁਣ ਸਟੋਰ ਵਾਲੇ ਵਿਚਾਰੇ 60-70 ਘੰਟੇ ਕੰਮ ਕਰਦੇ ਨੇ ਉਹਨਾਂ ਕੋਲ ਟਾਈਮ ਨਹੀਂ ਹੈਗਾ ਕਿ ਹਰ ਚੀਜ਼ ਰੂਲਸ ਐਂਡ ਰੈਗੂਲੇਸ਼ਨ ਪੜ੍ਹ ਸਕਣ ਤਾਂ ਉਹਦੇ ਵਾਸਤੇ ਅਸੀਂ ਉਹਨਾਂ ਦੀ ਮਦਦ ਕਰਨੀ ਚਾਹੇ ਹੁਣ ਟਬਾਕੋ ਫਲੇਵਰ ਬੈਨ ਆਦਿ ਇਸ਼ੂ ਆ ਰਹੀ ਹੈ ਜਾਂ ਤੁਹਾਡਾ ਅਲਕੋਹਲ ਬੈਵਰੇਜ ਕੀ ਸਿੰਗਲ ਸੈਕਰਮੈਂਟੋ 'ਚ ਉਹਨਾਂ ਨੇ ਬੜੀ ਰਿਕੁਆਇਰਮੈਂਟ ਚੇਂਜ ਕੀਤੀ ਹੋਈ ਹੈ ਕਿ ਜੇ ਸਿੰਗਲ ਬੈਵਰੇਜ ਬੀਅਰ ਨਹੀਂ ਤੁਸੀਂ ਵੇਚ ਸਕਦੇ ਜੀ 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 ਅਤੇ ਉਹਦੇ ਵਾਸਤੇ ਅਸੀਂ ਮਦਦ ਕਰਨੀ ਆ ਫਿਰ ਅਸੀਂ ਕੈਪੀਟਲ 'ਤੇ ਜਾਂਦੇ ਹਾਂ ਪੋਲੀਟੀਸ਼ੀਅਨ ਨਾਲ ਮਿਲਦੇ ਹਾਂ ਲੋਕਲ ਲੀਡਰਸ ਸਿਟੀ ਕਾਊਂਸਲ ਹੋ ਗਏ ਪਲੈਨਿੰਗ ਡਿਪਾਰਟਮੈਂਟ ਵਾਲੇ ਉਹਨਾਂ ਨੂੰ ਅਸੀਂ ਜਾ ਕੇ ਰਿਕੁਐਸਟ ਕਰਦੇ ਹਾਂ ਕਿ ਜੋ ਸਾਡੇ ਮੈਂਬਰਸ ਦੀ ਲੋੜ ਹੈ ਉਹਨਾਂ ਦੀ ਮਦਦ ਕਰਨ ਜੀ ਤਿਤਕਾਰਾ ਸਾਹਿਬ ਬਹੁਤ ਸਾਰੇ ਪ੍ਰੋਬਲਮਸ ਜਿਵੇਂ ਇਹ ਤਾਂ ਹੈਗੀਆਂ ਕਈ ਵਾਰੀ ਨਵੇਂ ਰੂਲਸ ਐਂਡ ਰੈਗੂਲੇਸ਼ਨ ਬਣਦੇ ਆ ਨਵੇਂ ਲਾਅ ਬਣਦੇ ਆ ਜਿਹਦੇ ਨਾਲ ਸਟੋਰਾਂ ਵਾਲਿਆਂ ਨੂੰ ਬੜੀਆਂ ਪਿਛਲੇ ਦਿਨਾਂ 'ਚ ਪ੍ਰੋਬਲਮ ਆਈਆਂ ਬਿਲਕੁਲ ਕਿਹੜੇ ਕਿਹੜੇ ਪ੍ਰੋਬਲਮਸ ਕ੍ਰੀਏਟ ਹੋਈਆਂ ਜਿਹੜੀਆਂ ਵੈਲ ਓਵਰ ਦ ਲਾਸਟ 30-35 ਸਾਲ ਤੋਂ ਮੈਂ ਬੜੀ ਚੀਜ਼ਾਂ ਦੇਖੀਆਂ ਨੇ ਕਿ ਕਦੇ ਵੀ ਤੁਸੀਂ ਲਾਇਸੈਂਸ ਲੈਣਾ ਹੋਵੇ ਜਾਂ ਕਿਸੇ ਨੂੰ ਉਹਨਾਂ ਨੇ ਨਵੀਂ ਚੇਂਜ ਰੈਗੂਲੇਸ਼ਨ ਚੇਂਜ ਕਰ ਦਿੱਤੀ ਹੈ ਮੋਸਟਲੀ ਹੁੰਦਾ ਤੁਹਾਡੇ ਟਬਾਕੋ ਜਾਂ ਅਲਕੋਹਲ ਦੇ ਨਾਲ ਮਿਸ਼ੂਜ਼ ਹੋ ਜਾਂਦੀਆਂ ਨੇ ਜਾਂ ਫਿਰ ਕਈ ਚੀਜ਼ਾਂ ਜਿਹੜੇ ਪ੍ਰੋਬਲਮ ਆਉਂਦੀ ਹੈ ਕਮਿਊਨਿਟੀ 'ਚ ਉਹ ਫਿਰ ਸਾਨੂੰ ਇਨਫੋਰਮੇਸ਼ਨ ਭੇਜਦੇ ਨੇ ਕਿ ਇਹ ਪ੍ਰੋਡਕਟ ਨਾ ਵੇਚੋ ਕਿਉਂਕਿ ਅਮਰੀਕਾ ਆਪਣੇ ਕਸਟਮਰ ਨੂੰ ਸੇਫ ਰੱਖਣ ਵਾਸਤੇ ਅਗਰ ਕਈ ਚੀਜ਼ ਦੀ ਕੋਈ ਇਸ਼ੂ ਆ ਗਈ ਉਹ ਸਾਨੂੰ ਕਹਿੰਦੇ ਨੇ ਕਿ ਤੁਸੀਂ ਰਿਮੂਵ ਕਰ ਦਿਓ ਸੋ ਅਸੀਂ ਉਹ ਚੀਜ਼ ਫਾਲੋ ਕਰਨੇ ਆ ਜੀ ਨਹੀਂ ਕੋਈ ਪਿੱਛੇ ਜੇ ਤੁਸੀਂ ਐਜੀਟੇਸ਼ਨ ਵੀ ਕੀਤੇ ਸੀ ਕਾਫੀ ਜਦੋਂ ਜਦ ਕੀਤੀ ਸੀ ਬੜੇ ਉਦੋਂ ਤੁਹਾਡੇ ਕਰਕੇ ਉਹ ਕਈ ਵਾਰੀ ਕਾਨੂੰਨ ਜਿਹੜੇ ਆ ਉਹ ਬੰਨੋ ਰਹਿ ਜਾਂਦੇ ਆ ਬਿਲਕੁਲ ਤੁਹਾਡੀ ਐਸੋਸੀਏਸ਼ਨ ਦਾ ਬੜਾ ਉਹਦੇ 'ਚ ਯੋਗਦਾਨ ਸੀਗਾ ਇਹੀ ਫਾਇਦਾ ਸਾਡੇ ਸਾਰੇ ਪੰਜਾਬੀਆਂ ਨੇ ਅਤੇ ਬਾਕੀ ਜਿਹੜੇ ਮੈਂਬਰਸ ਅਮਰੀਕਨ ਵੀ ਹੈਗੇ ਹਾਂਜੀ ਅਮਰੀਕਨ ਵੀ ਹੈਗੇ ਨੇ ਤਾਂ ਸਾਨੂੰ ਕੋਈ ਇਸ਼ੂਜ਼ ਆਈਆਂ ਨੇ ਤਾਂ ਸਾਡੀ ਸਭ ਤੋਂ ਵੱਡੀ ਸੀਗੀ SP 1400 ਜਦੋਂ ਚਾਹੁੰਦੇ ਸੀ ਕਿ ਤਬਾਕੋ ਬੇਸਿਕਲੀ ਕੱਢ ਦਿੱਤੀ ਜਾਏ ਕਨਵੀਨੀਅੰਸ ਸਟੋਰ ਵਾਲਿਆਂ ਕੋਲ ਤਾਂ ਸਾਡੇ ਮੈਂਬਰਸ ਵਰਗਲੇ ਸਾਡੀ ਜਿਹੜਾ ਬਿਜ਼ਨਸ ਹੈ 30-35% ਤਬਾਕੋ ਬਿਜ਼ਨਸ ਹੈ 40% ਕੋਈ ਅਲਕੋਹਲ ਬੈਵਰੇਜ ਸੋ ਅਗਰ ਸਾਨੂੰ ਕੋਈ ਇਸ਼ੂ ਆਉਂਦੀ ਉਹਦਾ ਫਾਈਟ ਕਰਨਾ ਪੈਂਦਾ ਸੋ SP 1400 ਨੇ ਸਾਰੇ ਬੰਦਿਆਂ ਨੂੰ ਇਕੱਠਾ ਕਰਕੇ ਅਸੀਂ ਕੈਪੀਟਲ 'ਤੇ ਗਏ ਸੀ 450 ਬੰਦੇ ਉੱਥੇ ਪਹੁੰਚੇ ਅਤੇ ਲੋਕ ਜੋ ਅਮਰੀਕਨ ਪੋਲੀਟੀਸ਼ੀਅਨ ਹੋ ਉਹ ਤਾਂ ਹੈਰਾਨ ਹੋ ਗਏ ਕਿ ਯਾਰ ਇੰਨੇ ਬੰਦੇ ਇੰਨੇ ਕਦੀ ਇਕੱਠੇ ਨਹੀਂ ਹੋਏ ਸੋ ਇਹ ਚੀਜ਼ ਅਸੀਂ ਕਰਕੇ ਅਤੇ ਆਪਣੇ ਬੰਦਿਆਂ ਨੂੰ ਇਨਵਾਲਵ ਕਰਕੇ ਜੋ ਸਿਗਨੇਚਰ ਵਗੈਰਾ ਇਕੱਠੇ ਕਰਕੇ ਅਸੀਂ ਵਰ ਵੈਰੀ ਵੈਰੀ ਸਕਸੈਸਫੁਲ SP 1400 ਕੈਂਸਲ ਹੋ ਗਿਆ ਉਹਨੂੰ ਕੈਂਸਲ ਕਰ ਹਾਂਜੀ ਅਸੀਂ ਸਾਰਿਆਂ ਨੂੰ ਮਿਲ ਕੇ ਸਾਰੇ ਕਹਿੰਦੇ ਨੇ ਇਹ ਹੈ ਕਿ ਸਾਡੇ ਮੈਂਬਰ ਜਿਹੜੇ ਇਕੱਠੇ ਹੋ ਕੇ ਇੱਥੇ ਪਹੁੰਚ ਜਾਣ ਕਿ ਸਾਡੇ ਮੈਂਬਰ ਤਾਂ ਆਪਣੇ ਜਿਹੜੇ ਸਟੋਰ ਵਾਲੇ ਨੇ ਵਿਚਾਰੇ 60-70 ਘੰਟੇ ਕੰਮ ਕਰਦੇ ਨੇ ਉਹਨਾਂ ਕੋਲ ਟਾਈਮ ਨਹੀਂ ਹੁੰਦਾ ਕਿ ਹਰ ਜਿਹੜਾ ਨਿਊ ਰੈਗੂਲੇਸ਼ਨ ਦਾ ਪਤਾ ਕਰੀਏ ਜਾਂ ਕਿੱਥੇ ਕਿੱਥੇ ਜਾਈਏ ਸੋ ਸਾਡਾ ਐਪ ਦਾ ਕੰਮ ਇਹੀ ਹੋਇਆ ਕਿ ਅਸੀਂ ਟ੍ਰੇਡ ਐਸੋਸੀਏਸ਼ਨ ਆ ਆਪਣੇ ਬਿਜ਼ਨਸ ਵਾਲਿਆਂ ਵਾਸਤੇ
ਤੇ ਫਿਰ ਹੁਣ ਜਿਹੜੀ ਲੇਟਲੀ ਆ ਰਹੀ ਹੈ ਐਸ ਪੀ 793 ਦੀ ਇਸ਼ੂ ਆ ਰਹੀ ਹੈ ਉਹਦੀ ਅਸੀਂ ਬੜੀ ਤੇਜ਼ ਨਾਲ ਫਾਈਟ ਕਰ ਰਹੇ ਹਾਂ ਸੋ ਆਪਣੇ ਮੇਨ ਪਰਪਜ਼ ਹੈ ਕਿ ਆਪਣੇ ਬਿਜ਼ਨਸ ਨੂੰ ਆਪਣੇ ਜਿਹੜੇ ਮਿਸਿੰਗ ਮੈਂਬਰ ਵਾਲਿਆਂ ਦੇ ਉਹਨਾਂ ਦਾ ਬਿਜ਼ਨਸ ਬਚਾਇਆ ਜਾਏ ਬਹੁਤ ਅੱਛਾ ਜੀ ਇਹ ਤਾਂ ਦੋ ਜਿਹੜੇ ਹੈਗੇ ਆ ਤੁਸੀਂ ਇਹ ਕਾਨੂੰਨ ਜਿਹੜੇ ਬਣਨ ਤੋਂ ਰੋਕ ਦਿੱਤੇ ਆ ਅੱਗਿਓਂ ਕੋਈ ਪ੍ਰੋਬਲਮਸ ਆ ਰਹੀਆਂ ਇਹਦੀਆਂ ਬਿਲਕੁਲ ਜੀ ਬਿਲਕੁਲ ਜੀ ਕਿਉਂਕਿ ਜੋ ਸਾਡਾ ਬਿਜ਼ਨਸ ਹੈਗਾ ਸਾਡਾ ਬਿਜ਼ਨਸ ਰਿਟੇਲ ਬਿਜ਼ਨਸ ਹੈ ਅਤੇ ਅਸੀਂ ਕੰਜ਼ੂਮਰ ਨੂੰ ਉਹੀ ਵੇਚ ਸਕਦੇ ਹਾਂ ਜੋ ਲੀਗਲ ਪ੍ਰੋਡਕਟ ਹੈ ਪਰ ਕਈ ਲੋਕਲ ਐਸੋਸੀਏਸ਼ਨ ਹੈਗੀਆਂ ਨੇ ਜਾਂ ਲੋਕਲ ਪਾਲੀਟੀਸ਼ੀਅਨ ਹੁੰਦੇ ਨੇ ਉਹ ਚੀਜ਼ਾਂ ਕੱਢਣਾ ਚਾਹੁੰਦੇ ਨੇ ਚਾਹੇ ਤੁਹਾਡੀ ਉਮਰ ਵਧਾ ਦਿੱਤੀ ਜਾਂ ਉਹ ਆਈਟਮ ਨੂੰ ਇਲੀਗਲ ਕਰ ਦਿੱਤਾ ਉਹਦੇ ਵਾਸਤੇ ਸਾਨੂੰ ਰੈਗੂਲਰਲੀ ਫਾਈਟ ਕਰਨਾ ਪੈਂਦਾ ਸੋ ਸਾਡੀ ਇਸ਼ੂ ਸਿਰਫ ਇਹ ਨਹੀਂ ਹੈ ਕਿ ਤੰਬਾਕੂ ਜਾਂ ਅਲਕਾਹਲ ਹੈ ਕਈ ਵਾਰੀ ਜ਼ੋਨਿੰਗ ਹੋ ਜਾਂਦੀ ਹੈ ਹੁਣ ਤੁਸੀਂ ਕਿੱਥੇ ਬਿਜ਼ਨਸ ਖੋਲ੍ਹਣਾ ਚਾਹੁੰਦੇ ਹੋ ਪਰ ਉਹਨੂੰ ਜ਼ੋਨਿੰਗ ਵਾਸਤੇ ਤੁਹਾਨੂੰ ਭੱਜਣਾ ਪੈਂਦਾ ਫਿਰ ਤੁਹਾਨੂੰ ਪਲਾਨਿੰਗ ਡਿਪਾਰਟਮੈਂਟ ਨਾਲ ਜਾ ਕੇ ਮਿਲਣਾ ਪੈਂਦਾ ਅਤੇ ਫਿਰ ਹੋਰ ਜਿਹੜੀਆਂ ਚੀਜ਼ਾਂ ਬੜੀ ਆ ਰਹੀਆਂ ਨੇ ਅਤੇ ਨਾਲ ਫਿਰ ਤੁਹਾਡੇ ਆਪਣੇ ਇੰਪਲੋਇਮੈਂਟ ਦੀ ਹੋ ਗਈ ਵਰਕਮੈਨਸ ਕਾਂਪ ਦੀ ਹੋ ਗਈ ਤੁਹਾਡੇ ਹੁਣ ਨਵੇਂ ਤੋਂ ਨਵੇਂ ਰੂਲ ਆ ਰਹੇ ਨੇ ਕਿ ਇੰਪਲੋਈਆਂ ਵਾਸਤੇ ਤੁਸੀਂ ਇਹ ਕਰਨਾ ਪੈਂਦਾ ਹੁਣ COVID-19 ਨੇ ਸਾਨੂੰ ਸਾਰਿਆਂ ਨੇ ਹਿਲਾ ਦਿੱਤਾ ਅਤੇ ਉਹਦੇ ਵਾਸਤੇ ਸਾਨੂੰ ਸਪੈਸ਼ਲ ਟ੍ਰੇਨਿੰਗ ਲੈਣੀ ਪੈਂਦੀ ਹੈ ਉਹਦੇ ਵਾਸਤੇ ਸਾਨੂੰ ਸਪੈਸ਼ਲ ਚੀਜ਼ਾਂ ਕਰਨੀਆਂ ਪੈਂਦੀਆਂ ਆਪਣਾ ਸਟੋਰ ਸਾਫ਼ ਰੱਖੇ ਕਸਟਮਰ ਸਾਫ਼ ਰਹੇ ਸਾਡੇ ਇੰਪਲੋਈ ਸੇਫ ਰਹਿਣ ਜੀ 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 ਹੁਣ ਦੁਬਾਰਾ ਫਿਰ ਆਪਾਂ ਆਈਏ ਜੀ ਵਰਚੁਅਲ ਜਿਹੜਾ ਟ੍ਰੇਡ ਸ਼ੋਅ ਹੋ ਰਿਹਾ ਟ੍ਰੇਡ ਸ਼ੋਅ ਬਾਰੇ ਥੋੜ੍ਹਾ ਦੱਸੋ ਵੀ ਕੀ ਉਹਦਾ ਦੁਬਾਰਾ ਦੱਸੋ ਵੀ ਸਾਡੇ ਜਿਹੜੇ ਸਟੋਰ ਓਨਰਸ ਆ ਜਿਹੜੇ ਤੁਹਾਡੇ ਮੈਂਬਰਸ ਆ ਉਹ ਕਿਸ ਤਰੀਕੇ ਨਾਲ ਇਹਨੂੰ ਅਪਰੋਚ ਕਰ ਸਕਦੇ ਆ ਬਿਲਕੁਲ ਬਿਲਕੁਲ ਜਿਹੜੇ ਵੀ ਆਪਣੇ ਸਾਰੇ ਬਿਜ਼ਨਸ ਵਾਲੇ ਹੈਗੇ ਆ ਤੁਸੀਂ ਵੇਖ ਲਓ ਕਿ ਹੁਣ ਸ਼ੋਅ ਸਾਡਾ ਸ਼ੁਰੂ ਹੋ ਗਿਆ ਕੱਲ੍ਹ ਤੋਂ ਸੋ ਨਵੰਬਰ 2 ਤੋਂ ਲੈ ਕੇ ਨਵੰਬਰ 23 ਤੱਕ ਹੈ ਪਰ ਵਰਚੁਅਲ ਸ਼ੋਅ ਇਹਦਾ ਮਤਲਬ ਕਿ ਤੁਸੀਂ ਕਿਸੇ ਆਪਣੇ ਫੋਨ ਤੋਂ ਆਪਣੇ ਕੰਪਿਊਟਰ ਤੋਂ ਲੈਪਟਾਪ ਤੋਂ ਤੁਸੀਂ ਲੌਗਇਨ ਕਰ ਸਕਦੇ ਹੋ ਤੁਹਾਡਾ ਆਪਣਾ ਉਹ ਲੌਗਇਨ ਕਿਹਦੇ ਤੇ ਕਰਨ ਜੀ ਕੀ ਵੈਬਸਾਈਟ ਆ ਉਹ ਵੈਬਸਾਈਟ ਤਾਂ ਹੈਗਾ ਜੀ tradeshows.com ਤੁਸੀਂ ਜਾਣਾ ਹੈ ਅਤੇ ਫਿਰ ਉੱਥੇ ਤੁਹਾਨੂੰ ਮੈਂਬਰਸ਼ਿਪ ਦਾ ਦੇਗਾ ਕਿ ਮੈਂਬਰਸ਼ਿਪ ਹੈ ਕਿ ਵੈਂਡਰਸ ਹੈ ਜਿਹੜਾ ਵੈਂਡਰਸ ਉਹਨੂੰ ਆਪਣਾ ਲੌਗਇਨ ਕਰਨਾ ਪਏਗਾ ਆਪਣੀ ਆਪਣੀ ਇਨਫੋਰਮੇਸ਼ਨ ਐਪਕਾ ਲਿਖਣਾ ਪਊਗਾ ਨਾਲ APC ਹਾਂਜੀ ਉਹਦੇ ਤੁਹਾਡੇ APC ਉੱਪਰ ਆਟੋਮੈਟਿਕਲੀ ਆ ਜਾਏਗਾ ਅਸੀਂ ਵੈਸੇ ਆਪਣੀ ਸਕਰੀਨ 'ਤੇ ਵੀ ਉਹਦਾ ਜਿਹੜਾ ਹੈਗਾ ਨਾ ਹਾਂਜੀ ਐਡਰੈਸ ਜਿਹੜਾ ਵੈਬਸਾਈਟ ਉਹ ਤੁਹਾਡਾ ਉਹ ਲਿਖ ਦਾਂਗੇ ਥੈਂਕ ਯੂ ਅਤੇ ਮੈਨੂੰ ਲੱਗਦਾ ਵੀ ਉਹ ਸਾਡੇ ਜਿਹੜੇ ਮੈਂਬਰਸ ਹੈ ਉਹਦਾ ਫਾਇਦਾ ਉਠਾਉਣਗੇ ਔਰ ਹਰ ਜਿਹੜਾ ਮੈਂਬਰ ਹੈਗਾ ਉਹਦੇ ਕੋਲ ਆਪਣਾ ਐਪਕਾ ਮੈਂਬਰਸ਼ਿਪ ਹੈਗਾ ਨੰਬਰ ਹੈਗਾ ਅਤੇ ਨੰਬਰ ਲਾਉਣਾ ਪਏਗਾ ਫਿਰ ਤੁਹਾਨੂੰ ਪਾਸਵਰਡ ਦੇਣਾ ਪਏਗਾ ਉਹ ਤੁਸੀਂ ਲੌਗਇਨ ਕਰੋਗੇ ਫਿਰ ਤੁਸੀਂ ਦੇਖ ਸਕਦੇ ਹੋ ਕਿ ਹੁਣ MTC ਆ ਗਿਆ ਕੋਰਮਾਰਕ ਹੋ ਗਿਆ ਕੋਕਾ ਕੋਲਾ ਹੋ ਗਿਆ ਪੈਪਸੀ ਜੋ ਵੀ ਡਿਫਰੈਂਟ ਡਿਫਰੈਂਟ ਵੈਂਡਰਸ ਉੱਥੇ ਅਵੇਲੇਬਲ ਹੈਗੇ ਨੇ ਤੁਸੀਂ ਜਿਹੜੀ ਚੀਜ਼ ਆਪਣੇ ਸਟੋਰ 'ਤੇ ਵੇਚਦੇ ਹੋ ਸਮਝ ਲਓ ਤੁਸੀਂ ਹੁਣ ਬਡਵਾਈਜ਼ਰ ਵੇਚਦੇ ਹੋ ਅਤੇ ਬਡਵਾਈਜ਼ਰ ਤੁਹਾਨੂੰ ਚਾਹੀਦੀ ਹੈ 4 cases ਚਾਹੀਦੇ ਹਰ ਰੋਜ਼ ਦੀ ਚਾਹੀਦੀ ਹੈ ਸੋ ਅਗਲੇ 30 ਦਿਨ ਵਿੱਚ ਤੁਹਾਨੂੰ 120 cases ਹੀ ਚਾਹੀਦੇ ਨੇ ਪਰ ਤੁਸੀਂ ਕਹਿੰਦੇ ਹੋ ਕਿ ਜਿਹੜੀ ਡੀਲ ਹੈਗੀ ਹੈ ਬੜੀ ਅੱਛੀ ਹੈਗੀ ਹੈ ਅਤੇ ਇਸ ਤੋਂ ਅੱਛੇ ਤੁਸੀਂ ਐਂਡ ਵਿੱਚ ਨਵੰਬਰ 23 ਤੋਂ ਪਹਿਲੇ ਤੁਸੀਂ ਥੋੜ੍ਹੀ ਐਕਸਟਰਾ ਸਪਲਾਈ ਔਡਰ ਕਰ ਸਕਦੇ ਹੋ ਹਾਲੀਡੇ ਸੀਜ਼ਨ ਵਾਸਤੇ ਸੋ ਉਹਦੇ ਡੀਲਸ ਹੈਗੀਆਂ ਜਿਹੜੀਆਂ ਜਿਹਦਾ ਫਾਇਦਾ ਜਿਹੜੇ ਸਾਡੇ ਮੈਂਬਰਸ ਆ ਐਪਕਾ ਦੇ ਉਹ ਉਠਾ ਸਕਦੇ ਆ 50 ਵੈਂਡਰਸ ਆਏ ਹੋਏ ਨੇ 50+ ਵੈਂਡਰਸ ਹੈਗੇ ਨੇ ਅਤੇ ਉਹਨਾਂ ਕੋਲ 300 ਤੋਂ ਜ਼ਿਆਦਾ ਅੱਛੀਆਂ ਅੱਛੀਆਂ ਡੀਲਾਂ ਹੈਗੀਆਂ ਨੇ ਅਤੇ ਆਈਟਮਾਂ ਵੀ 300 ਤੋਂ ਜ਼ਿਆਦਾ ਆਈਟਮਾਂ ਹੈਗੀਆਂ ਨੇ ਸੋ ਇਹ ਨਹੀਂ ਹੈ ਕਿ ਸਿਰਫ ਮੈਂ 2 ਜਾਂ 4 ਚੀਜ਼ਾਂ ਲੈ ਸਕਦਾ ਵਰਚੁਅਲ ਸ਼ੋਅ ਨਾਲ ਇਹ ਵੇ ਕਿ ਜੇ ਸਾਡੇ ਵੈਂਡਰਸ ਨੇ ਉਹ ਚੀਜ਼ਾਂ ਹੋਰ ਐਡ ਕਰ ਸਕਦੇ ਨੇ ਅਤੇ ਸਾਡੇ ਰਿਟੇਲਰ ਦਾ ਜ਼ਿਆਦਾ ਅੱਛਾ ਅੱਛਾ ਭਾਵ ਲੈ ਸਕਦੇ ਨੇ ਜੇ ਇੱਕ ਤਾਂ ਹੋ ਗਿਆ ਵੀ ਤੁਸੀਂ ਵੈਬਸਾਈਟ ਦੱਸੀ ਆ ਹਾਂਜੀ ਉੱਥੇ ਕੰਟੈਕਟ ਜੇ ਬਾਈ ਚਾਂਸ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਵੈਬਸਾਈਟ ਨਹੀਂ ਖੁੱਲਦੀ ਉਹਦੇ ਲਈ ਕੋਈ ਫੋਨ ਨੰਬਰ ਵਗੈਰਾ ਬਿਲਕੁਲ ਬਿਲਕੁਲ ਸਿੰਪਲ ਤੁਸੀਂ ਆਪਣੇ ਸਾਰੇ ਐਪਾਂ ਦੇ ਈਮੇਲ ਵੈਬਸਾਈਟ 'ਤੇ ਜਾ ਸਕਦੇ ਹੋ APCA.US ਜਾਂ ਤੁਸੀਂ ਕੇਵਲ ਜੀ ਨੂੰ ਫੋਨ ਕਰ ਸਕਦੇ ਹੋ ਉਹਨਾਂ ਦਾ ਨੰਬਰ ਮੈਂ ਤੁਹਾਨੂੰ ਹੁਣ ਇੱਕ ਮਿੰਟ ਤੁਸੀਂ ਪ੍ਰੋਵਾਈਡ ਕਰ ਦਿੰਦੇ ਹਾਂਜੀ ਅਤੇ ਨਾਲ ਇਹ ਵੇ ਕਿ ਕੇਵਲ ਜੀ ਹੈਗੇ ਨੇ ਅਮਰਜੀਤ ਜੀ ਸਾਡੇ ਆਫਿਸ ਹੈਗੇ ਨੇ ਸੋ ਐਨੀ ਡੇਜ਼ ਡੂਰਿੰਗ 8 to 5 ਤੁਸੀਂ ਉਹਨਾਂ ਨੂੰ ਰੀਚ ਆਊਟ ਕਰ ਸਕਦੇ ਕੋਈ ਵੀ ਇਸ਼ੂ ਆ ਰਹੀ ਹੋਵੇ ਜਾਂ ਕੋਈ ਚੀਜ਼ ਨਹੀਂ ਤੁਹਾਨੂੰ ਸਮਝ ਆ ਰਹੀ ਜਾਂ ਲੌਗਇਨ ਇਨਫੋਰਮੇਸ਼ਨ ਦੀ ਕੋਈ ਚੈਲੰਜ ਆ ਰਹੇ ਨੇ ਪਲੀਜ਼ ਰੀਚ ਆਊਟ ਟੂ ਅਸ ਜੀ ਜੀ ਕੋਈ ਹੋਰ ਗੱਲ ਕੋਈ ਇਸ ਤਰ੍ਹਾਂ ਦੀ ਕੋਈ ਰਹਿ ਗਈ ਹੋਵੇ ਜਿਹੜੀ ਇਸ ਟ੍ਰੇਡ ਸ਼ੋਅ ਬਾਰੇ ਤੁਸੀਂ ਦੱਸਣਾ ਚਾਹੁੰਦਾ ਹੋਵੇ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੁੰਦੇ ਹੋ ਵੈਲ ਪਹਿਲੇ ਮੈਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਹਿਣਾ ਤੁਹਾਡਾ ਲੱਖ ਲੱਖ ਸ਼ੁਕਰ ਹੈ ਰੰਧਾਵਾ ਸਾਹਿਬ ਜੀ ਅਤੇ ਨਾਲ ਆਪਣੀ ਪੰਜਾਬ ਮੇਲ USA TV ਦੀ ਕਿ ਤੁਸੀਂ ਸਾਡੇ ਸਾਰਿਆਂ ਨੂੰ ਕਵਰ ਕਰਦੇ ਹੋ ਤੁਸੀਂ ਇਹ ਨਹੀਂ ਕਿ ਸਿਰਫ ਆ ਕੇ 1-2-4 ਬੰਦਿਆਂ ਦੀ ਮਦਦ ਕਰਦੇ ਹੋ ਤੁਸੀਂ ਥਰੂ ਆਊਟ ਕੈਲੀਫੋਰਨੀਆ ਤੁਸੀਂ ਸਾਡੇ ਤੁਸੀਂ ਲੱਖ ਲੱਖ ਸ਼ੁਕਰ ਹੈ ਤੁਹਾਡਾ ਜੋ ਤੁਸੀਂ ਕਰਦੇ ਹੋ ਦੂਸਰਾ ਕਿ ਜੋ ਟ੍ਰੇਡ ਸ਼ੋਅ ਹੈ ਇਟ ਇਜ਼ ਅ ਵੈਰੀ ਗੁੱਡ ਚਾਂਸ ਕਿਉਂਕਿ ਤੁਹਾਨੂੰ ਪਤਾ COVID-19 ਦੇ ਕਾਰਨ ਸਾਡੇ ਸਾਰਿਆਂ ਨੂੰ ਮਾਸਕ ਪਾਉਣਾ ਪੈਂਦਾ ਹੈ ਸੋਸ਼ਲ ਡਿਸਟੈਂਸ ਰੱਖਣਾ ਪੈਂਦਾ ਹੈ ਔਰ ਇਹੀ ਅਸੀਂ ਚਾਹੁੰਦੇ ਆਪਣੇ ਮੈਂਬਰਸ ਨੂੰ ਵੀ ਅਤੇ ਕਸਟਮਰਸ ਨੂੰ ਕਿ ਹਾਂ ਵੀ ਪਲੀਜ਼ ਫਾਲੋ ਦਿਸ ਪ੍ਰੋਪਰ ਸਟੈਪਸ ਟੂ ਸੇਫ ਸਟੇ ਸੇਫ ਦੂਸਰਾ ਕਿ ਵਰਚੁਅਲ ਸ਼ੋਅ ਨਾਲ ਇਹ ਫਾਇਦਾ ਹੈ ਕਿ ਸਾਡੇ ਕੋਲ 3 ਹਫ਼ਤੇ ਹੈਗੇ ਨੇ ਅਗਰ ਅੱਜ ਮੈਂ ਚੀਜ਼ਾਂ ਔਡਰ ਕਰ ਦਿੱਤੀਆਂ ਤਾਂ ਫਿਰ ਅਗਲੇ
ਵਾਸਤੇ ਮੇਰੀ ਕੋਈ ਜ਼ਿਆਦਾ ਅੱਛੀ ਸੇਲ ਹੋ ਗਈ ਅਤੇ ਚੀਜ਼ਾਂ ਵਿੱਚ ਰਹੀਆਂ ਨੇ ਤਾਂ ਮੈਂ ਹੋਰ ਚੀਜ਼ਾਂ ਐਡ ਕਰ ਸਕਦਾ। ਫਿਰ ਸਾਡੇ ਅਮਰੀਕਾ 'ਚ ਤੁਹਾਨੂੰ ਪਤਾ ਥੈਂਕਸਗਿਵਿੰਗ ਅਤੇ ਕ੍ਰਿਸਮਸ ਆ ਰਹੀ ਹੈ, ਹਾਲੀਡੇ ਸੀਜ਼ਨ ਸਾਡੇ ਕਨਵੀਨੀਅੰਸ ਸਟੋਰ ਵਾਲਿਆਂ ਵਾਸਤੇ ਬਹੁਤ ਹੀ ਬਿਜ਼ੀ ਸੀਜ਼ਨ ਹੁੰਦੀ ਹੈ ਅਤੇ ਅਸੀਂ ਲੱਖ ਲੱਖ ਸ਼ੁਕਰ ਮਨਾਉਂਦੇ ਹਾਂ ਕਿ ਸਾਨੂੰ ਇਹ ਡੀਲਾਂ ਮਿਲ ਰਹੀਆਂ। ਸੋ ਵਰਚੁਅਲ ਟ੍ਰੇਡ ਸ਼ੋਅ ਨਾਲ ਅਸੀਂ ਚੀਜ਼ਾਂ ਐਡ ਕਰ ਸਕਦੇ ਹਾਂ, ਅਸੀਂ ਔਡਰ ਕਰ ਸਕਦੇ ਹਾਂ ਅਤੇ ਅਸੀਂ ਚੈਟ ਵੀ ਕਰ ਸਕਦੇ ਹਾਂ ਜਿਹੜੇ ਵੈਂਡਰ ਚੈੱਕ ਨੇ, ਕਿਉਂਕਿ ਇਹ ਚੀਜ਼ਾਂ ਪਹਿਲਾਂ ਨਹੀਂ ਹੁੰਦੀਆਂ ਸੀਗੀਆਂ। ਹੁਣ ਵਰਚੁਅਲ ਸ਼ੋਅ ਦੇ ਨਾਲ ਅਸੀਂ ਚੈਟ ਵੀ ਕਰ ਸਕਦੇ ਹਾਂ, ਕੋਈ ਕੁਐਸਚਨ ਹੋਵੇ ਸਾਡੇ ਬਿਜ਼ਨਸ ਦੇ ਬਾਰੇ ਜਾਂ ਉਹਨਾਂ ਦੇ ਪ੍ਰੋਡਕਟ ਦੀ ਆਈਟਮ ਦੇ ਬਾਰੇ, ਜਾਂ ਕੋਈ ਲਿਮਿਟ ਹੋਏਗੀ ਕਿ ਕੀ ਤੁਸੀਂ ਔਡਰ ਕਰ ਸਕਦੇ ਹੋ ਕਿ ਨਹੀਂ ਕਰ ਸਕਦੇ। ਸੋ ਇਸ ਵਾਸਤੇ ਵਰਚੁਅਲ ਟ੍ਰੇਡ ਸ਼ੋਅ ਸਾਡੇ ਸਾਰਿਆਂ ਵਾਸਤੇ ਬਹੁਤ ਹੀ ਫਾਇਦੇਮੰਦ ਹੈ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ 50 ਤੋਂ ਵੱਧ ਜਿਹੜੇ ਵੈਂਡਰਸ ਆਲਰੇਡੀ ਹੈਗੇ ਆ, ਹਾਂਜੀ ਹੋਰ ਵੀ ਵੈਂਡਰਸ ਐਡ ਹੋ ਸਕਦੇ? ਬਿਲਕੁਲ ਬਿਲਕੁਲ, ਕਿਉਂਕਿ ਇਹ ਵਰਚੁਅਲ ਹੈ ਉਹ ਜਦੋਂ ਮਰਜ਼ੀ ਐਡ ਕਰ ਸਕਦੇ ਨੇ। ਕਈ ਲੋਕ ਆਪਣੇ ਨਹੀਂ ਤਿਆਰ ਵਰਚੁਅਲ ਵਾਸਤੇ, ਸੋ ਕਹਿ ਰਹੇ ਨੇ ਕਿ ਸਾਨੂੰ 2-4 ਦਿਨ ਦਿਓ। ਸੋ ਤੁਸੀਂ ਅੱਜ ਹੀ ਨਾ ਲੌਗ ਇਨ ਕਰੋ, ਤੁਸੀਂ ਰੋਜ਼ ਲੌਗ ਕਰ ਸਕਦੇ ਹੋ ਜਾਂ ਹਰ ਹਫ਼ਤੇ ਲੌਗ ਕਰ ਸਕਦੇ ਹੋ। ਨਵੀਂ ਚੀਜ਼ ਆਏਗੀ, ਨਵੀਂ ਡੀਲਸ ਆਣਗੀਆਂ, ਕਿਉਂਕਿ ਜਿਹੜੇ ਵੈਂਡਰਸ ਨੇ ਉਹ ਵੀ ਆਪਣਾ ਮਾਲ ਵੇਚਣਾ ਚਾਹੁੰਦੇ ਨੇ। ਅਗਰ ਉਹ ਵੇਖ ਰਹੇ ਨੇ ਕਿ ਇਹ ਚੀਜ਼ ਜ਼ਿਆਦਾ ਵੇਚ ਰਹੀ ਹੈ, ਉਹਦੀ ਤੁਹਾਨੂੰ ਬੈਟਰ ਡੀਲ ਦੇ ਦੇਣਗੇ, ਜਿਹੜੀ ਚੀਜ਼ ਨਹੀਂ ਵੇਚ ਰਹੀ ਉਹ ਹਟਾ ਕੇ ਤੁਹਾਨੂੰ ਕੋਈ ਹੋਰ ਅੱਛੀ ਡੀਲ ਆਫਰ ਕਰਨਗੇ। ਅਤੇ ਇੱਕ ਹੋਰ ਕੁਐਸਚਨ ਇਹਦੇ 'ਚੋਂ ਨਿਕਲਦਾ, 23 ਦਿਨ ਆ, ਹਾਂਜੀ, ਅਤੇ 23 ਦਿਨਾਂ 'ਚ ਇਹ ਨਹੀਂ ਹੈਗਾ ਵੀ ਇੱਕ ਦਿਨ ਤੁਸੀਂ ਸ਼ੋਪਿੰਗ ਕਰ ਲਈ ਜਾਂ ਉਹਨਾਂ ਨਾਲ ਸਿੱਧਾ ਕੰਟੈਕਟ ਕਰ, ਜਦੋਂ ਮਰਜ਼ੀ ਕਰ ਸਕਦੇ, ਜਦੋਂ ਮਰਜ਼ੀ ਕਰ ਸਕਦੇ, ਐਨੀ ਟਾਈਮ ਐਨੀ ਟਾਈਮ ਫਰੋਮ ਨਵੰਬਰ 2nd ਟੂ ਨਵੰਬਰ 23rd, 24 ਘੰਟੇ, 7 ਦਿਨ, ਜਿੰਨੀ ਵਾਰ ਮਰਜ਼ੀ ਜਾਓ। ਜਿਸ ਤਰ੍ਹਾਂ ਆਪਾਂ ਸਟੋਰ 'ਚ ਜਾਂਦੇ ਹਾਂ, ਬਿਲਕੁਲ ਬਿਲਕੁਲ, ਇੱਕ ਵਾਰੀ ਚਲੇ ਗਏ ਸਾਨੂੰ ਉਹ ਕੋਈ ਸ਼ੋਪਿੰਗ ਕਰ ਲਈ, ਬਿਲਕੁਲ, ਦੂਜੀ ਵਾਰੀ ਗਏ ਫਿਰ ਹੋਰ ਸ਼ੋਪਿੰਗ ਕਰ ਲਈ, ਬਿਲਕੁਲ ਬਿਲਕੁਲ, ਆਪਣੀ ਮਰਜ਼ੀ ਆ, ਬਿਲਕੁਲ, ਜਦੋਂ ਮਰਜ਼ੀ ਜਾ ਸਕਦੇ, ਜਦੋਂ ਮਰਜ਼ੀ ਜਾ ਸਕਦੇ। ਔਰ ਤੁਸੀਂ ਇਹ ਵੀ ਹੈ ਕਿ ਇਸ ਬੈਟਰ ਤੁਸੀਂ 2-4 ਵਾਰੀ ਲਾਕ ਇਨ ਕਰ ਲਓ ਕਿ ਦੇਖ ਲਓ ਕਿਹੜੀ ਕਿਹੜੀ ਨਵੀਂ ਸਪੈਸ਼ਲ ਚੇਂਜ ਹੋਈਆਂ ਨੇ, ਅਤੇ ਜੋ ਲਾਸਟ ਹਫ਼ਤਾ ਆਪਣਾ 23 ਤਰੀਕ ਤੋਂ ਪਹਿਲੇ ਹੋਏਗਾ, ਉਸ ਤੋਂ ਤੁਸੀਂ ਹੋਰ ਦੇਖ ਲਓ ਕੋਈ ਅੱਛੀ ਆਫਰ ਜਿਹੜੇ ਹੈਗੀਆਂ ਨੇ, ਅਤੇ ਤੁਸੀਂ ਆਪਣੀ ਇਨਵੈਂਟਰੀ ਦੇਖ ਲਓ ਤੁਸੀਂ ਕਿੰਨਾ ਵੇਚਦੇ ਹੋ, ਅਤੇ ਅਗਲੇ 3 ਮਹੀਨੇ ਵਾਸਤੇ ਤੁਸੀਂ ਪ੍ਰੋਡਕਟ ਔਡਰ ਕਰ ਸਕਦੇ, ਕਿਉਂਕਿ ਜਿਹੜਾ ਪ੍ਰੋਡਕਟ ਮੋਸਟਲੀ ਹੁੰਦਾ 2-3 ਮਹੀਨੇ ਤੋਂ ਕਈ ਸਾਲ ਤੱਕ ਉਹਦੀ ਐਕਸਪਾਇਰੀ ਡੇਟ ਨਹੀਂ ਹੁੰਦੀ ਹੈ। ਸੋ ਚੀਜ਼ਾਂ ਤੁਸੀਂ, ਕਿਉਂਕਿ ਸਾਨੂੰ ਇਹ ਜੋ ਬੈਨੀਫਿਟ ਨੇ ਉਦੋਂ ਹੀ ਮਿਲਦੇ ਨੇ ਜਦੋਂ ਤੁਸੀਂ ਟ੍ਰੇਡ ਸ਼ੋਅ 'ਤੇ ਜਾਂਦੇ ਹੋ। ਇਸ ਵਾਰੀ ਅਸੀਂ ਕਿਸਮਤ ਵਾਲੇ ਹਾਂ ਕਿ ਸਾਨੂੰ ਵਰਚੁਅਲ ਸ਼ੋਅ ਮਿਲ ਰਿਹਾ, ਜਿਹਦੇ 21 ਦਿਨ ਮਿਲ ਰਹੇ ਨੇ। ਸੋ ਅਸੀਂ ਚੀਜ਼ਾਂ ਐਡ ਕਰ ਸਕਦੇ ਹਾਂ, ਕੋਈ ਚੀਜ਼ ਚੇਂਜ ਕਰਨੀ ਹੋਵੇ, ਕੋਈ ਸਪੈਸ਼ਲ ਲੈਣੀ ਹੋਵੇ, ਜਾਂ ਕਿਸੇ ਨਾਲ ਕੋਈ ਕੁਐਸਚਨ ਪੁੱਛਣਾ ਹੋਵੇ ਕਿ ਸਾਨੂੰ ਇਹ ਇਸ਼ੂ ਆ ਰਹੀ ਜਾਂ ਸਾਨੂੰ ਕੀ ਕਰਨਾ ਚਾਹੀਦਾ ਪ੍ਰੋਡਕਟ ਵਾਸਤੇ, ਉੱਥੇ ਬੜੇ ਇਕੁਇਪਮੈਂਟ ਵੀ ਮਿਲ ਰਹੇ ਨੇ, ਪ੍ਰੋਡਕਟ ਵੀ ਮਿਲ ਰਹੇ ਨੇ, ਸਨੈਕਸ ਵੀ ਮਿਲ ਰਹੇ ਨੇ, ਜੋ ਤੁਹਾਡੇ ਸਾਡੇ ਕਸਟਮਰ ਨੂੰ ਖੁਸ਼ ਕਰ ਸਕੀਏ, ਉਹਨਾਂ ਨੂੰ ਅੱਛੀ ਡੀਲ ਦਈਏ, ਅਤੇ ਅਸੀਂ ਵੀ ਥੋੜ੍ਹੇ ਅੱਛੇ ਪ੍ਰੋਫਿਟ ਬਣਾ ਲਈਏ। ਕੋਈ ਇੱਕ ਤਾਂ ਸਾਨੂੰ ਇਹ ਦੱਸੋ ਵੀ ਤੁਹਾਡੇ ਸਪੌਂਸਰਸ ਕਿਹੜੇ ਕਿਹੜੇ ਹੈਗੇ ਆ? ਸਪੌਂਸਰ ਸਾਡੇ ਨਾਲ ਲੈਣਾ ਬੜਾ ਜ਼ਰੂਰੀ ਹੈ, ਬਿਲਕੁਲ ਬਿਲਕੁਲ, ਉਹਨਾਂ ਤੋਂ ਬਗੈਰ ਤਾਂ ਮੈਂ ਕਹਿੰਦਾ ਵੀ ਗੱਲ ਪੂਰੀ ਨਹੀਂ ਹੁੰਦੀ। ਸਾਡੇ ਸਪੌਂਸਰ ਬਹੁਤ ਨੇ, ਔਰ ਕਈ ਪਿਛਲੇ 5 ਸਾਲਾਂ ਤੋਂ ਸਾਡੇ ਨਾਲ ਲੱਗੇ ਹੋਏ ਨੇ ਕਰਨ ਵਾਸਤੇ। ਸਾਡੇ ਆਪਣੇ ਸ਼ੈਵਰਨ ਹੋ ਗਏ, ਅਲਟੀਰੀਆ ਹੋ ਗਿਆ, RJR ਹੋ ਗਿਆ, MTC ਹੋ ਗਿਆ, ਕੋਰਮਾਰਕ ਹੋ ਗਿਆ, ਫਿਰ ਨਾਲ ਤੁਹਾਡੇ ਲੋਕਲ ਵੈਂਡਰ ਹੋ ਗਏ, ਬੇਲੈਸ ਵਾਇਰਲੈਸ ਵਾਲਾ ਹੋ ਗਿਆ, ਫਿਰ ਤੁਹਾਡੇ ਆਪਣੇ RJR ਵਾਲੇ ਵੀ ਮਦਦ ਕਰਦੇ ਨੇ। ਜੋ ਚੀਜ਼ ਅਸੀਂ ਆਪਣੇ ਸਟੋਰੇਜ ਵੇਚਦੇ ਹਾਂ ਬੇਸਿਕਲੀ ਉਹਦੇ ਸਾਰੇ ਵੈਂਡਰਸ ਹੈਗੇ ਨੇ। ਸੋ ਕਈ ਲੋਕ ਜਿਵੇਂ ਹੁਣ ਤੁਸੀਂ ਆਪਣਾ ਤੁਹਾਡਾ ਪੰਜਾਬ ਮੇਲ TV ਸਾਨੂੰ ਲੈ ਕੇ ਤੁਹਾਨੂੰ ਸਪਾਂਸਰ ਕਰਦੇ ਹੋ, ਲੋਕਾਂ ਨੂੰ ਦੱਸਦੇ ਹੋ ਸਾਡੇ ਬਾਰੇ, ਤੁਸੀਂ ਸਾਡੇ ਕਿੰਨੇ ਕਹਿੰਦੇ ਨਾ, ਬੜੇ ਖੁਸ਼ਕਿਸਮਤ ਆ ਕਿ ਸਾਨੂੰ ਤੁਹਾਡੇ ਵਰਗੇ ਬੰਦੇ ਮਿਲਦੇ ਆ ਕਿ ਤੁਹਾਡਾ ਬਿਜ਼ਨਸ ਚੱਲਦਾ ਰਹੇ। ਬਾਕੀ ਛੋਟੇ ਛੋਟੇ ਹੋਰ ਲੋਕਲ ਵੈਂਡਰ ਵੀ ਹੈਗੇ ਨੇ, ਕੋਰਮਾਰਕ, MTC ਵਗੈਰਾ, ਜਿਹੜੇ ਵੱਡੇ ਵੱਡੇ ਹੋਲਸੇਲਰ ਹੈਗੇ ਨੇ, ਉਹ ਸਾਡੇ ਸਾਰਿਆਂ ਲੋਕਾਂ ਦਾ ਪ੍ਰੋਡਕਟ ਉਹਨਾਂ 'ਤੇ ਡਿਲੀਵਰ ਕਰਦੇ ਨੇ ਜੀ। ਜਦੋਂ ਆਮ ਤੌਰ 'ਤੇ ਪਹਿਲਾਂ ਇਹ ਸ਼ੋਅ ਹੁੰਦੇ ਸੀ, ਟ੍ਰੇਡ ਸ਼ੋਅ ਹੁੰਦੇ ਸੀ, ਅਤੇ ਉਦੋਂ ਕੋਈ ਬੜੇ ਇਨਾਮ ਵੀ ਕੱਢੇ ਜਾਂਦੇ ਸੀ, ਗਿਫਟ ਦਿੱਤੇ ਜਾਂਦੇ ਸੀ, ਅਤੇ ਕੋਈ ਇਸ ਤਰ੍ਹਾਂ ਦਾ ਕੋਈ ਮੇਨ ਥਿੰਗ ਹੁੰਦਾ ਸੀ ਕਿ ਕਿਉਂਕਿ ਸਾਡੇ ਪੰਜਾਬੀ ਸਾਰੇ ਬੱਚੇ ਬਿਜ਼ੀ ਨੇ ਆਪਣੇ ਕੰਮਾਂ 'ਚ ਲੱਗੇ ਹੁੰਦੇ ਨੇ, ਸੋ ਇਸ ਵਾਸਤੇ ਉਹਨਾਂ ਨੂੰ ਆਪਣੇ ਸ਼ੋਅ ਸਟੋਰ ਤੋਂ ਨਿਕਲਣ ਵਾਸਤੇ, ਆਪਣੇ ਸ਼ੋਅ 'ਤੇ ਮੰਗਵਾਉਣ ਵਾਸਤੇ, ਵਰਚੁਅਲ ਸ਼ੋਅ 'ਚੋਂ ਚੀਜ਼ਾਂ ਡਿਫਰੈਂਟ ਡਿਫਰੈਂਟ ਗਿਫਟ ਆਈਟਮਾਂ ਵਗੈਰਾ ਕੋਸ਼ਿਸ਼ ਕਰ ਰਹੇ ਨੇ, ਇਸ ਕਰਕੇ ਵੈਂਡਰਾਂ ਕੋਲ ਮਿਲ ਕੇ ਅਤੇ ਉਹਦਾ ਅਸੀਂ ਆਫਰ ਕਰ ਰਹੇ ਹਾਂ ਕਿ ਜੋ ਵੀ ਕਰ ਸਕਦੇ ਹਾਂ। ਕਿਉਂਕਿ ਪਹਿਲੇ ਹੁੰਦਾ ਸੀ TV ਦੇ ਦਿੱਤਾ, ਕੈਸ਼ ਦੇ ਦਿੱਤਾ, ਹੋਰ ਚੀਜ਼ਾਂ ATM ਮਸ਼ੀਨ ਹੋ ਗਈ ਜਾਂ ਹੋਰ ਚੀਜ਼ਾਂ ਜਿਹੜੀਆਂ ਲੋਕਲ ਵੈਂਡਰਸ ਆਪਣੇ ਆਪਣਾ ਮਾਲ ਦਿੰਦੇ ਹੁੰਦੇ ਸੀਗੇ, ਉਹ ਸਾਨੂੰ ਚਾਂਸ ਮਿਲਦਾ ਸੀ, ਉਹ ਅਸੀਂ ਮਿਸ ਕਰ ਰਹੇ ਹਾਂ ਕਿਉਂਕਿ ਆਪਣੇ ਫਿਜ਼ੀਕਲੀ ਨਹੀਂ ਹੋ ਸਕਦੇ। ਪਰ ਇਹ ਕਿ ਵਰਚੁਅਲ ਟ੍ਰੇਡ ਸ਼ੋਅ 'ਚ ਬੜੀਆਂ ਬੜੀਆਂ ਹੋਰ ਡੀਲਾਂ ਵੀ ਆ ਰਹੀਆਂ, ਡਿਫਰੈਂਟ ਵੈਂਡਰਸ ਆਫਰ ਕਰ ਰਹੇ ਨੇ। ਠੀਕ ਆ, ਅਤੇ ਤੁਸੀਂ ਕੀ ਸੋਚ ਰਹੇ ਹੋ ਵੀ ਇਹ ਕਾਮਯਾਬ ਹੋ ਜੂ? ਕਈ ਲੋਕਾਂ ਨੂੰ ਥੋੜ੍ਹਾ ਸ਼ੱਕ ਹੈ ਕਿਉਂਕਿ ਪਹਿਲੇ ਹੋਇਆ ਨਹੀਂ ਜੀ, ਪਰ ਅਸੀਂ ਸਾਡੇ ਹੋਰ ਜਿਹੜੇ ਐਸੋਸੀਏਸ਼ਨ ਵਗੈਰਾ ਹੈਗੇ ਨੇ ਜਿਹੜੇ ਸਾਡੇ ਹੋਲਸੇਲਰ ਹੈਗੇ, ਉਹਨਾਂ ਨੇ ਟਰਾਈ ਕੀਤਾ ਨੇ, ਕਈਆਂ ਨੂੰ ਤਾਂ ਐਕਚੁਲੀ ਬਹੁਤ ਬੈਟਰ ਹੋ ਗਿਆ, ਕਿਉਂਕਿ ਇਸ ਵਿੱਚ 6 ਘੰਟੇ 'ਚ ਨਹੀਂ ਤੁਹਾਨੂੰ ਸਾਰਾ ਕੁਝ ਕਰਨਾ ਪੈਣਾ, ਉਸ ਬੰਦੇ ਨੇ 6 ਘੰਟੇ 'ਚ ਸਾਰੇ ਵੈਨਿਊ ਵਿੱਚ ਜਾਣਾ ਬੜੀ ਮੁਸ਼ਕਿਲ ਹੋ ਜਾਂਦੀ ਸੀਗੀ। ਹੁਣ ਇਹ ਕਿ ਤੁਸੀਂ ਆਪਣੇ ਕੰਪਿਊਟਰ 'ਤੇ ਬੈਠੇ ਚਾਹੋ, ਤੁਸੀਂ ਆਪਣੇ ਕਮਰੇ 'ਚ ਬੈਠੇ, ਪਜਾਮੇ 'ਚ ਬੈਠੇ ਹੋ, ਜਿੰਨਾ ਮਰਜ਼ੀ ਤੁਸੀਂ ਆਫਰ ਔਡਰ ਕਰ ਸਕਦੇ ਹੋ, ਬੈਕ ਟੂ ਬੈਕ ਔਡਰ ਕਰ ਸਕਦੇ ਹੋ। ਸੋ ਆਈ ਪਰਸਨਲੀ ਬਿਲੀਵ ਕਿ ਹਾਂ
ਇੰਡੀਅਨਸ ਜਿਹੜੇ ਹੈਗੇ ਆ ਸਟੋਰ ਓਨਰਸ ਉਹਨਾਂ ਦੀ ਖਾਸ ਕਰਕੇ ਤੁਸੀਂ ਬਹੁਤ ਹੈਲਪ ਕਰਦੇ ਹੋ। ਇਹਦੇ 'ਚ ਇਹ ਵੀ ਇਕੱਲੇ ਇੰਡੀਅਨ ਹੈਗੇ, ਦੂਜੀ ਕਮਿਊਨਿਟੀਜ਼ ਦੇ ਵੀ ਤੁਹਾਡੇ ਬਹੁਤ ਸਾਰੇ ਮੈਂਬਰ ਜਿਹੜੇ ਹੈਗੇ ਆ, ਮੈਕਸੀਕਨ ਸਾਰੇ ਬਹੁਤ ਸਾਰੇ ਹੈਗੇ ਆ। ਇਹ ਜ਼ਰੂਰੀ ਹੁੰਦੀ ਹੈ, ਜਿੰਨਾ ਚਿਰ ਤੁਸੀਂ ਇੱਕ ਸਟਰੈਂਥ ਨਹੀਂ ਬਣਾਉਂਦੇ ਤੁਸੀਂ ਕੁਛ ਵੀ ਹਾਸਲ ਨਹੀਂ ਕਰ ਸਕਦੇ। ਅਤੇ ਤੁਹਾਡੇ ਇਸ ਉੱਦਮ ਲਈ ਅਸੀਂ ਤੁਹਾਨੂੰ ਵਧਾਈ ਦਿੰਦੇ ਹਾਂ, ਅਰਦਾਸ ਕਰਦੇ ਹਾਂ ਕਿ ਜਿਹੜਾ ਇਹ ਵੀ ਜਿਹੜਾ ਤੁਹਾਡਾ ਵਰਚੁਅਲ ਸ਼ੋਅ ਆ ਇਹ ਕਾਮਯਾਬੀ ਨਾਲ ਹੋ ਨਿਬੜੇ। ਬਹੁਤ ਬਹੁਤ ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜੀ।